उस हवाले से एक वीडियो पे काम कर रहे हैं और उस सिलसिले में हम झंग जा रहे हैं अभी रास्ते में ही हम लोग थे कि बहता हुआ रोड और हैवी ट्रैफिक चलती हुई इस दौरान हमें अचानक रुकना पड़ा इस रुकने की वजह आपको वीडियो के अगले हिस्से में हम बताएंगे कि एक शख्स बीच सड़क के खड़े होके एक इंतहाई अजीब काम कर रहा है वो काम क्या है आइए आपको दिखाते हैं ले जी हम लोग इस वक्त मौजूद हैं मेन झंग रोड पे और ये एक रिक्शा ड्राइवर है ये यहाँ पे रुका है मेन झंग रोड है ये और ये आप ट्रैफिक देख रहे हैं जाती हुई भी, भी और ये मैं आपको आती हुई भी दिखा देता हूँ तो ये थोड़ा कलर गिरा है किसी का और ये भाई साहब हमारी तरफ आ रहे हैं इनसे ज़रा बातचीत हम करते हैं की कर रहे हैं अस्सलाम वालेकुम ये, वाले ये जंग पौंदा पे तू आखिर ਬੇ ਰੰਗ ਤੇ ਚਲੋ ਸਾਫ ਕਰ ਲੇ ਹਾਂਜੀ ਰੰਗ ਜਾਇਆ ਹੋਇਆ ਥਾ ਮੈਨੇ ਕਹਾ ਤੈਨੂੰ ਨਹੀਂ ਪਤਾ ਕਿਹਡੀ ਰੋਡ ਚਲਦੀ ਪਈ ਏ ਤੇ ਤੂੰ ਰੋਡ ਦੇ ਵਿੱਚਕਾਰ ਖਲਾਰ ਕੇ ਤੇ ਤੂੰ ਇਹ ਕੰਮ ਕਰਦਾ ਹਾਂਜੀ ਸਾਈਡ ਤੇ ਲਾਇ ਮੈਂ ਟ੍ਰੈਫਿਕ ਵੀ ਨਾ ਹੀ ਦਿਆ ਹੋਣਾ ਹੋਇਆ ਮਾੜਾ ਚੰਗਾ ਤੂੰ ਸਾਈਡ ਤੇ ਲਾਈ ਖਲੇਂ ਖਾ ਖਾਂ ਬਲਾ ਕੀ ਕੀਤਾ ਇਹ ਰੰਗ ਲਗਾ ਆ ਦੇਖੋ ਜੀ ਲਓ ਜੀ ਇਹ ਉਹ ਕੌਮ ਏ ਜਿਹਨੂੰ ਖਾਨ ਸਾਹਿਬ ਸੁਧਾਰਨ ਲਈ ਟੁਰੇ ਨੇ ਤੇ ਜੇ ਦੀ ਸੁਧਾਰ ਸੁਧਾਰ ਦੀਆਂ ਗੱਲਾਂ ਜਿਹਦੇ ਦੀਆਂ ਹੁੰਦੀਆਂ ਨੇ ਤੇ ਐ ਵੇਖਣਾ ਜੀ ਹੁਣ ਗੱਡੀਆਂ ਲੰਘ ਰਹੀਆਂ ਨੇ ਤੇ ਇਹ ਭਾਈ ਸਾਹਿਬ ਖੜੇ ਨੇ ਵਿਚਕਾਰ ਸਿਰਫ ਇਹਨਾਂ ਨੇ ਵੇਖਿਆ ਕਿ ਥੋੜਾ ਜਿਹਾ ਰੰਗ ਜਿਹੜਾ ਨਾ ਉਹ ਡਿੱਗਿਆ ਹੈ ਕਿਸੇ ਦਾ ਤੇ ਇਹਨਾਂ ਰਕਸ਼ਾ ਆਪਣਾ ਇੱਥੇ ਰੋਕਿਆ ਔਰ ਰਕਸ਼ਾ ਰੋਕ ਕੇ ਤੇ ਇਹ ਐ ਵੇਖੋ ਬਿਲਕੁਲ ਬੇਨਿਆਜ਼ ਹੋ ਕੇ ਦੁਨੀਆ ਤੋਂ ਲੱਗੇ ਹੋਏ ਨੇ ਸਰ ਜੀ ਜਨਾਬ ਗੱਡੀ ਆਉਂਦੀ ਹੈ ਨਾ ਡਬਲ ਉਹਦਾ ਮੈਂ ਅੱਧੇ ਨੂੰ ਕਰ ਲੈਣਾ ਮੈਂ ਵੇਖਿਆ ਤੇਰਾ ਤਮਾਸ਼ਾ ਮੈਂ ਵੇਖ ਕੇ ਹੀ ਰੁਕਿਆ ਇੱਥੇ ਹਾਂ ਜੀ ਮਿਹਰਬਾਨੀ ਜਨਾਬ ਮਾੜਾ ਬੰਦਾ ਜਨਾਬ ਨਹੀਂ ਮਾੜੇ ਤਾਂ ਹੈ ਉਹ ਲੇਕਿਨ ਬਾਕੀ ਵੀ ਦੁਨੀਆ ਹੈ ਵੇ ਉਹਨਾਂ ਦੇ ਕਿਉਂ ਹਕੂਕ ਖਾਦੀ ਜਾਂਦੇ ਹੋ ਲੋਕਾਂ ਇੱਥੇ ਲੱਗਣਾ ਸੜਕ ਤੋਂ ਲਓ ਜੀ ਜਨਾਬ ਇੱਥੇ ਸਾਈਡ ਦੇਣੇ ਚੱਲ ਜਾਣੇ ਹੋਰ ਰੁਕਾਂ ਨਹੀਂ ਇਹ ਸੁਜੀ ਕੀ ਤੈਨੂੰ ਸੜਕ ਦੇ ਵਿੱਚ ਕਾਰ ਖਲੋਗੇ ਆਇਆ ਹੀ ਹੋਇਆ ਸੁੱਕ ਚੱਕ ਜਾਣਾ ਇਧਰ तो मैं क्या चलो इन्हू जंग जरा साफ कर लेने ए रहा जी ए साफ करके मैं इन ला के चल जाना और लें जी सुन लिया आपने इनकी बात चलें हम आगे बढ़ते हैं जिस मिशन पे हम जा रहे हैं अब उसकी तरफ जरा चलते हैं